ਗਿਆਰਵੀਂ 5 ਸਾਲਾਂ ਚ ਪੇਪਰ ਲੀਕ ਹੋਇਆ। ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਕਿ ਮੈਂ ਯੂਕਰੇਨ ਦੀ ਜਿਹੜੀ ਵਾਰ ਹੈ ਲੜਾਈ ਹੈ ਖਤਮ ਕਰਵਾਤੀ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਇਸ ਗੱਲ ਦੇ ਜਵਾਬ ਦੇਣ ਲਈ ਤਿਆਰ ਨਹੀਂ ਕਿ ਦੇਸ਼ ਦੇ ਅੰਦਰੋਂ ਪੇਪਰ ਲੀਕ ਕਦ ਖਤਮ ਹੋਏਗਾ। ਅੱਜ ਅਸੀਂ ਸਾਰੇ ਕਾਂਗਰਸ ਦੇ ਲੋਕ, ਉਹਨਾਂ 23 ਲੱਖ ਨੌਜਵਾਨਾਂ ਦੀ ਔਰ 3 ਲੱਖ ਪੰਜਾਬ ਦੇ ਉਹਨਾਂ ਪਰਿਵਾਰਾਂ ਦੀ ਤੇ ਨੌਜਵਾਨਾਂ ਦੀ ਜਿਨ੍ਹਾਂ ਨੇ ਰਾਤਾਂ ਜਾ ਕੇ 22-22 ਘੰਟੇ ਪੜ੍ਹਾਈ ਕਰਕੇ ਆਪਣੇ ਐਗਜ਼ਾਮ ਦਿੱਤੇ ਸਨ, ਅੱਜ ਉਹਨਾਂ ਦਾ ਕੀ ਕਸੂਰ ਹੈ? ਕਈ ਲੋਕ ਆਤਮ ਹੱਤਿਆ ਕਰਨ ਤੇ ਮਜਬੂਰ ਹੈ, ਕਈ ਲੋਕਾਂ ਨੇ ਆਪਣੇ ਘਰ ਗੱਡੀਆਂ ਜਾਇਦਾਦ ਵੇਚਤੀ ਆਪਣੇ ਬੱਚਿਆਂ ਨੂੰ ਤਿਆਰੀ ਦੇ ਵਾਸਤੇ, ਉਹਨਾਂ ਦਾ ਕੀ ਕਸੂਰ ਹੈ? ਕੀ ਇੱਕ ਇਨਕੁਆਇਰੀ CBI ਨੂੰ ਮਾਰ ਕੀਤੀ ਉਹਨਾਂ ਦੇ ਉਹ 23 ਘੰਟੇ ਜਿਹੜੇ ਉਹਨਾਂ ਨੇ ਪੜ੍ਹਾਈ ਕੀਤੀ, ਹਜ਼ਾਰਾਂ ਘੰਟਾ ਜਿਹੜੇ ਲੋਕ ਬਰਬਾਦ ਹੋ ਗਏ, ਉਹਨਾਂ ਦਾ ਪੈਸਾ ਬਰਬਾਦ ਹੋ ਗਿਆ, ਸਮੇਂ ਬਰਬਾਦ ਹੋ ਗਿਆ। ਸੋ ਮੈਂ ਸਮਝਦਾ ਕਿ ਸਰਕਾਰ ਉਹ ਵਾਪਸ ਲੈ ਆਏਗੀ। ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਕਿ ਮੈਂ ਯੂਕਰੇਨ ਦੀ ਜਿਹੜੀ ਵਾਰ ਹੈ ਲੜਾਈ ਹੈ ਖਤਮ ਕਰਵਾਤੀ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਇਸ ਗੱਲ ਦੇ ਜਵਾਬ ਦੇਣ ਲਈ ਤਿਆਰ ਨਹੀਂ ਕਿ ਦੇਸ਼ ਦੇ ਅੰਦਰੋਂ ਪੇਪਰ ਲੀਕ ਕਦ ਖਤਮ ਹੋਏਗਾ। ਸੋ ਅੱਜ ਅਸੀਂ ਸਾਰੇ ਕਾਂਗਰਸ ਦੇ ਲੋਕ, ਉਹਨਾਂ 23 ਲੱਖ ਨੌਜਵਾਨਾਂ ਦੀ ਔਰ 3 ਲੱਖ ਪੰਜਾਬ ਦੇ ਉਹਨਾਂ ਪਰਿਵਾਰਾਂ ਦੀ ਤੇ ਨੌਜਵਾਨਾਂ ਦੀ ਜਿਨ੍ਹਾਂ ਨੇ ਰਾਤਾਂ ਜਾ ਕੇ 22-22 ਘੰਟੇ ਪੜ੍ਹਾਈ ਕਰਕੇ ਆਪਣੇ ਐਗਜ਼ਾਮ ਦਿੱਤੇ ਸਨ, ਅੱਜ ਉਹਨਾਂ ਦਾ ਕੀ ਕਸੂਰ ਹੈ? ਕਈ ਲੋਕ ਆਤਮ ਹੱਤਿਆ ਕਰਨ ਤੇ ਮਜਬੂਰ ਹੈ, ਕਈ ਲੋਕਾਂ ਨੇ ਆਪਣੇ ਘਰ ਗੱਡੀਆਂ ਜਾਇਦਾਦ ਵੇਚਤੀ ਆਪਣੇ ਬੱਚਿਆਂ ਨੂੰ ਤਿਆਰੀ ਦੇ ਵਾਸਤੇ, ਉਹਨਾਂ ਦਾ ਕੀ ਕਸੂਰ ਹੈ? ਕੀ ਇੱਕ ਇਨਕੁਆਇਰੀ CBI ਨੂੰ ਮਾਰ ਕੀਤੀ ਉਹਨਾਂ ਦੇ ਉਹ 23 ਘੰਟੇ ਜਿਹੜੇ ਉਹਨਾਂ ਨੇ ਪੜ੍ਹਾਈ ਕੀਤੀ, ਹਜ਼ਾਰਾਂ ਘੰਟਾ ਜਿਹੜੇ ਲੋਕ ਬਰਬਾਦ ਹੋ ਗਏ, ਉਹਨਾਂ ਦਾ ਪੈਸਾ ਬਰਬਾਦ ਹੋ ਗਿਆ, ਸਮੇਂ ਬਰਬਾਦ ਹੋ ਗਿਆ। ਸੋ ਮੈਂ ਸਮਝਦਾ ਕਿ ਸਰਕਾਰ ਉਹ ਵਾਪਸ ਲੈ ਆਏਗੀ, ਕਦ ਪੇਪਰ ਲੀਕ ਬੰਦ ਹੋਏਗਾ BJP ਸਰਕਾਰ। ਬੜਿੰਗ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਜਾ ਰਹੇ ਸੀ, ਲੱਗਦਾ ਨੀਗਾ ਬੈਠ ਕੇ ਗੱਲ ਸੁਣੀ ਜਾਂਦੀ ਇਸ ਹਰਾਸਤ ਨਾਲ, ਉਹ ਚੰਗਾ ਸੀਗਾ ਗੱਲ ਸੁਣ ਲੈਂਦੇ ਤੁਹਾਡੀ? 100% ਚਾਹੀਦਾ ਤਾਂ ਇਹ ਸੀ ਕਿ ਕੋਈ ਨਾ ਕੋਈ ਵਿਅਕਤੀ ਐਡਮਿਨਿਸਟ੍ਰੇਸ਼ਨ ਤੋਂ ਆਉਂਦਾ, ਸਰਕਾਰ ਤੋਂ ਆਵੇ, ਹਰ ਜਗ੍ਹਾ ਗੱਲ ਕਰੇ। ਦੇਸ਼ ਦੇ ਪ੍ਰਧਾਨ ਮੰਤਰੀ ਗੱਲ ਕਰਨ ਲਈ ਤਿਆਰ ਨਹੀਂ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਤੇ ਬਿਆਨ ਦੇਣਾ ਚਾਹੀਦਾ ਹੈ ਕਿ ਮੈਂ ਤਮਾਮ ਰਾਜਨੀਤਿਕ ਪਾਰਟੀਆਂ ਨਾਲ ਗੱਲ ਕਰਾਂਗਾ, ਮੈਂ 23 ਲੱਖ ਨੌਜਵਾਨ ਉਹਨਾਂ ਬੱਚਿਆਂ ਨੂੰ ਵਿਸ਼ਵਾਸ ਦਵਾਉਣਾ ਕਿ ਮੇਰੇ ਤੇ ਵਿਸ਼ਵਾਸ ਰੱਖੋ, ਮੈਂ ਤੁਹਾਨੂੰ ਇਨਸਾਫ ਦਿਆਂਗਾ। ਇਹ ਤਾਂ ਮਣੀਪੁਰ ਦੀ ਘਟਨਾ ਦੇ ਵਾਂਗ ਹੈ। ਇਸ ਤਰ੍ਹਾਂ ਮਣੀਪੁਰ ਦੀ ਘਟਨਾ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ, ਔਰ ਅੱਜ 1 ਕਰੋੜ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹ ਕੇਵਲ 23 ਲੱਖ ਨੌਜਵਾਨ ਬੱਚੇ ਹੈ, ਲੇਕਿਨ ਇਹਨਾਂ ਦੇ ਮਗਰ ਕਰੋੜਾਂ ਦੀ ਤਾਦਾਦ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਲੋਕ ਹੈ। ਹੁਣ ਮਨਸ਼ਾ ਕੀ ਲੱਗਦੀ ਹੈ? ਕਿਉਂਕਿ ਪਹਿਲਾਂ ਕਿਸਾਨੀ ਮੁੱਦਾ ਚੱਲਿਆ, ਉਦੋਂ ਨੀ ਸਰਕਾਰ ਬੋਲਣ ਲਈ ਤਿਆਰ ਸੀਗੀ, ਹੁਣ ਨੀ ਸਰਕਾਰ ਬੋਲਣ ਲਈ ਤਿਆਰ? ਮਨਸ਼ਾ ਸਿੱਧੀ ਸਿੱਧੀ ਸਮਝ ਆਉਂਦੀ ਹੈ ਕਿ ਡਿਕਟੇਟਰਸ਼ਿਪ ਦੀ ਮਨਸ਼ਾ ਹੈ। 2 ਕਰੋੜ ਲੋਕਾਂ ਨੂੰ ਨੌਕਰੀ ਦਾ ਵਾਅਦਾ ਕੀਤਾ ਸੀ। ਅੱਜ ਦੇਸ਼ ਦੇ ਸਭ ਤੋਂ 65% ਇਸ ਦੇਸ਼ ਦੇ ਅੰਦਰ ਬੇਰੁਜ਼ਗਾਰੀ ਹੈ ਜਨਾਬ। ਇਸ ਮੁੱਦੇ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਬੱਚਾ ਪੜ੍ਹਾਈ ਕਰਕੇ ਧੱਕੇ ਖਾ ਰਿਹਾ ਹੈ, ਔਰ ਕਈਆਂ ਦੇ ਪੇਪਰ ਲੀਕ ਦੇ ਕਾਰਨ ਕਈ ਲੋਕਾਂ ਨੇ ਸੁਸਾਈਡ ਕਰ ਲਿਆ ਹੈ। ਇਸ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਹੈ, ਨਾ ਕਿ ਡੈਮੋਕਰੇਸੀ ਹੈ। ਡੈਮੋਕਰੇਸੀ ਕੇਵਲ ਨਾਮ ਦੀ ਹੈ।